ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਕਿਤਾਬ ਰਾਹ ਰਸਤੇ ਪੜ੍ਹਾਂਗੇ। ਅਨੇਕਾਂ ਲੋਕ ਮੌਕਾ ਨਾ ਮਿਲਣ ਦੀ ਸ਼ਿਕਾਇਤ ਕਰਦੇ ਹਨ, ਪਰ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਵੀ ਤਾਂ ਇੱਕ ਮੌਕਾ ਹੈ। ਇਸ ਮਿਲੇ ਹੋਏ ਮੌਕੇ ਨੂੰ ਤੁਸੀਂ ਕਿਵੇਂ ਵਰਤ ਰਹੇ ਹੋ? ਤੁਹਾਡੀ ਵਰਤਮਾਨ ਸਥਿਤੀ ਵੀ ਇੱਕ ਮੌਕਾ ਹੈ। ਤੁਹਾਨੂੰ ਮੌਕਾ ਕਿਸੇ ਨੇ ਨਹੀਂ ਦੇਣਾ। ਭਾਵੇਂ 100 ਇਨਕਲਾਬ ਵਾਪਰ ਜਾਣ, ਵਿਸ਼ੇਸ਼ ਮੌਕਾ ਦਾ ਕੋਈ ਵਜੂਦ ਹੈ ਹੀ ਨਹੀਂ। ਮਿਲੀਆਂ ਹੋਈਆਂ ਸਧਾਰਨ ਸਥਿਤੀਆਂ ਨੂੰ ਹੀ ਵਿਸ਼ੇਸ਼ ਮੌਕਾ ਸਮਝਣਾ ਪਵੇਗਾ। ਕੀ ਤੁਹਾਨੂੰ ਮਿਹਨਤ ਕਰਨ ਦਾ ਮੌਕਾ ਨਹੀਂ ਮਿਲਿਆ? ਕੀ ਤੁਹਾਨੂੰ ਚੰਗੇ ਮਨੁੱਖ ਬਣਨ ਦਾ ਮੌਕਾ ਨਹੀਂ ਮਿਲਿਆ? ਕੀ ਤੁਹਾਨੂੰ ਆਪਣਾ ਕੰਮ ਚੰਗੇ ਢੰਗ ਨਾਲ ਕਰਨ ਤੋਂ ਕਿਸੇ ਨੇ ਰੋਕਿਆ ਹੈ? ਕੀ ਤੁਹਾਡੇ ਚੰਗਾ ਅਤੇ ਮਿਹਨਤੀ ਇਨਸਾਨ ਬਣਨ ਵਿੱਚ ਸਮਾਜ ਨੇ ਰੁਕਾਵਟਾਂ ਪਾਈਆਂ ਹਨ? ਕੀ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਵਖਤੇ ਜਾਗਣ ਤੋਂ ਵਰਜਿਆ ਹੈ? ਕੀ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਚੰਗੀਆਂ ਪੁਸਤਕ ਪੜ੍ਹਨ ਤੋਂ ਮਨ੍ਹਾ ਕੀਤਾ ਹੈ? ਉੱਚੇ ਹੋਏ ਬਿਨਾਂ ਲੰਮੇ ਹੋਣ ਦੇ ਕੋਈ ਅਰਥ ਨਹੀਂ ਹੁੰਦੇ। ਬਹੁਤੇ ਲੋਕ ਲੰਮੇ ਹੋਣ ਦਾ ਯਤਨ ਕਰਦੇ ਹਨ, ਲੋੜ ਉੱਚੇ ਹੋਣ ਦੀ ਹੁੰਦੀ ਹੈ। ਸਾਰੇ ਵਿਅਕਤੀ ਲਗਭਗ ਇੱਕੋ ਜਿਹੇ ਹੁੰਦੇ ਹਨ, ਅੰਤਰ ਅਹਿਮਤ ਦਾ ਹੁੰਦਾ ਹੈ। ਜਾਨਵਰਾਂ ਵਿੱਚ, ਪੰਛੀਆਂ ਵਿੱਚ ਵੀ ਅੰਤਰ ਹਿੰਮਤ ਦਾ ਹੁੰਦਾ ਹੈ। ਹਿੰਮਤ ਵਿਹੂਣੇ ਵਿਅਕਤੀ ਕਿਸਮਤ ਦੀਆਂ ਗੱਲਾਂ ਕਰਦੇ ਹਨ। ਧੰਨਵਾਦ।